ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰੀਏਸ਼ਨ ਯੂਟਿਊਬ ਚੈਨਲ 'ਤੇ ਸਵਾਗਤ ਹੈ ਜੀ। ਅਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਇਨ ਲੈ ਕੇ ਆਈ ਹਾਂ। ਇਸ ਤਰ੍ਹਾਂ ਕਟਾਂ ਬਣਦੇ ਆ ਆਪਣੇ ਡਿਜ਼ਾਇਨ ਦੇ, ਜਾਂ ਇਸ ਨੂੰ ਆਪਾਂ ਜਿਗ ਜੈਗ ਬੋਰਡਰ ਡਿਜ਼ਾਇਨ ਵੀ ਬੋਲ ਸਕਦੇ ਹਾਂ। ਬਹੁਤ ਜਿਹੜਾ ਬਣਾਈ ਵਿੱਚ ਇਹ ਆਸਾਨ ਹੈ। ਸਿਰਫ ਚਾਰ ਸਲਾਈਆਂ ਦਾ ਡਿਜ਼ਾਇਨ ਹੈ। ਚਾਰ ਸਲਾਈਆਂ ਨੂੰ ਆਪਾਂ ਵਾਰ ਵਾਰ ਰਿਪੀਟ ਕਰਨਾ ਤਾਂ ਇਸ ਤਰ੍ਹਾਂ ਡਿਜ਼ਾਇਨ ਬਣਦਾ ਜਾਂਦਾ। ਕਿਸੇ ਵੀ ਪ੍ਰੋਜੈਕਟ 'ਤੇ ਆਪਾਂ ਇਸ ਨੂੰ ਪਾ ਸਕਦੇ ਹਾਂ। ਜਿਵੇਂ ਆਪਾਂ ਬੇਬੀ ਫਰੋਕ ਬਣਾ ਰਹੇ ਹਾਂ, ਜਾਂ ਜੀਨਸ ਨਾਲ ਪਾਉਣ ਲਈ ਕੋਈ ਟੋਪ ਵਗੈਰਾ ਬਣਾ ਰਹੇ ਹਾਂ, ਜਾਂ ਆਪਣਾ ਆਪਣੇ ਲਈ ਕੋਈ ਜੈਕਟ ਵਗੈਰਾ ਬਣਾ ਰਹੇ ਹਾਂ, ਤਾਂ ਇਸ ਤਰ੍ਹਾਂ ਜਿਹੜਾ ਆਪਣਾ ਇਹ ਡਿਜ਼ਾਇਨ ਬਣਾਵਾਂਗੇ ਬਹੁਤ ਹੀ ਸੋਹਣਾ ਡਿਜ਼ਾਇਨ ਹੈ। ਜੇਕਰ ਤੁਸੀਂ ਇਸ ਨੂੰ ਬੋਰਡਰ ਦੇ ਤੌਰ 'ਤੇ ਬਣਾਉਣਾ ਤਾਂ ਇਸ ਨੂੰ 6 ਜਾਂ 7 ਇੰਚ ਲੰਬਾ ਬਣਾ ਲੈਣਾ, ਤਾਂ ਜਿਹੜਾ ਇਹ ਬਹੁਤ ਹੀ ਜ਼ਿਆਦਾ ਸੋਹਣਾ ਲੱਗੂਗਾ। ਇਹ ਤੁਹਾਡੀ ਆਪਣੀ ਮਰਜ਼ੀ ਹੈ ਤੁਸੀਂ ਇਸਨੂੰ ਕਿਵੇਂ ਸੈੱਟ ਕਰਨਾ। ਜੇਕਰ ਤੁਸੀਂ ਆਪਣੇ ਲਈ ਕਾਰਡੀਗਨ ਬਣਾ ਰਹੇ ਹਾਂ ਤਾਂ ਸਾਰੇ ਕਾਰਡੀਗਨ 'ਤੇ ਜੇਕਰ ਇਸ ਤਰ੍ਹਾਂ ਦਾ ਡਿਜ਼ਾਇਨ ਬਣਾਉਣਾ ਤਾਂ ਇਸ ਤਰ੍ਹਾਂ ਦਾ ਡਿਜ਼ਾਇਨ ਜਿਹੜਾ ਤੁਸੀਂ ਬਣਾ ਸਕਦੇ ਹੋ। ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ। ਜਦੋਂ ਆਪਾਂ ਇਸ ਡਿਜ਼ਾਇਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆ ਤਾਂ 12 ਦੇ ਮਲਟੀਪਲ ਇੱਕ ਕੁੰਡਾ ਆਪਾਂ ਵਾਧੂ ਲੈਣਾ। ਇੱਥੇ ਮੈਂ ਤੁਹਾਨੂੰ 37 ਕੁੰਡਿਆਂ 'ਤੇ ਡਿਜ਼ਾਇਨ ਬਣਾ ਕੇ ਦਿਖਾ ਰਹੀ ਹਾਂ। ਅਤੇ ਜੇਕਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੈ ਤਾਂ ਮੇਰੇ ਸਰਬ ਕ੍ਰੀਏਸ਼ਨ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ। ਅਤੇ ਚਲੋ ਫਿਰ ਆਪਾਂ ਸ਼ੁਰੂ ਕਰਦੇ ਹਾਂ ਇਸ ਡਿਜ਼ਾਇਨ ਨੂੰ ਬਣਾਉਣਾ। ਤਾਂ ਇਹਦੇ ਲਈ ਜਿਹੜੇ ਮੈਂ ਸਿਲਾਈ 'ਤੇ 37 ਕੁੰਡੇ ਲਏ ਆ, 12 ਦੇ ਮਲਟੀਪਲ ਇੱਕ ਕੁੰਡਾ ਜਿਹੜਾ ਐਕਸਟਰਾ ਰੱਖਣਾ ਆਪਾਂ। ਜਿੰਨੇ ਵੀ ਕੁੰਡੇ ਲੈਣੇ ਹੋਣਗੇ ਆਪਾਂ ਇਸੇ ਤਰ੍ਹਾਂ ਲੈਣੇ ਆ, 12 12 12, ਅਤੇ ਲਾਸਟ 'ਤੇ ਆਪਾਂ ਇੱਕ ਕੁੰਡਾ ਵਾਧੂ ਰੱਖ ਲੈਣਾ, ਤਾਂ ਜਿਹੜਾ ਆਪਣਾ ਡਿਜ਼ਾਇਨ ਆ ਸੈੱਟ ਹੋ ਜਾਂਦਾ। ਅਤੇ ਹੁਣ ਆਪਾਂ ਸਿੱਧੀ ਸਾਈਡ 'ਤੇ ਹੈ ਇਹ, ਜਦੋਂ ਆਪਾਂ ਇਸ ਤਰ੍ਹਾਂ ਕੁੰਡੇ ਪਾਉਣੇ ਤਾਂ ਆਪਣੀ ਸਿੱਧੀ ਸਾਈਡ ਆਉਂਦੀ ਹੈ। ਤਾਂ ਇੱਕ ਸਿਲਾਈ ਪਹਿਲਾਂ ਆਪਾਂ ਉਲਟੀ ਬਣਾਵਾਂਗੇ, ਬੇਸਿਕ ਰੋ ਵੀ ਆਪਾਂ ਇਹਨੂੰ ਕਹਿ ਸਕਦੇ ਹਾਂ। ਇਹ ਸਟਾਰਟਿੰਗ 'ਚ ਬਣਾਉਣੀ ਹੈ ਆਪਾਂ, ਉਸ ਤੋਂ ਬਾਅਦ ਜਿਵੇਂ ਆਪਣੇ ਡਿਜ਼ਾਇਨ ਦੀਆਂ ਸਿਲਾਈਆਂ ਆਪਾਂ ਬਣਾਵਾਂਗੇ ਉਹੀ ਬਣਾਉਣੀਆਂ। ਇਹ ਬਸ ਜਿਹੜੀ ਬੇਸਿਕ ਰੋ ਹੋਊਗੀ, ਇੱਕ ਆਪਣੀ ਸਿੱਧੇ ਪਾਸੇ ਤੋਂ ਅਤੇ ਇੱਕ ਉਲਟੇ ਪਾਸੇ ਤੋਂ, ਇਹ ਦੋ ਸਿਲਾਈਆਂ ਆਪਾਂ ਸਟਾਰਟਿੰਗ 'ਚ ਹੀ ਬਣਾਉਣੀਆਂ। ਸਾਰੀ ਸਿਲਾਈ ਮੈਂ ਇਹ ਇਸ ਤਰ੍ਹਾਂ ਉਲਟੀ ਬਣਾ ਕੇ ਕੰਪਲੀਟ ਕਰਦੀ ਹਾਂ। ਸਿੱਧੇ ਪਾਸੇ ਤੋਂ ਉਲਟੀ ਸਿਲਾਈ ਬਣਾ ਕੇ ਆਪਣੀ ਕੰਪਲੀਟ ਹੋ ਗਈ। ਹੁਣ ਉਲਟੇ ਪਾਸੇ ਤੋਂ ਜਿਹੜੀ ਦੂਸਰੀ ਸਿਲਾਈ ਹੈ ਆਪਣੀ, ਇਹ ਵੀ ਆਪਾਂ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਹੈ। ਕੁੰਡੇ ਪਾਉਣ ਤੋਂ ਬਾਅਦ ਆਪਾਂ ਦੋ ਸਿਲਾਈਆਂ ਇਸ ਤਰ੍ਹਾਂ ਬਣਾ ਲੈਣੀਆਂ, ਫਿਰ ਅੱਗੇ ਆਪਣੀਆਂ ਡਿਜ਼ਾਈਨ ਵਾਲੀਆਂ ਸਿਲਾਈਆਂ ਬਣਦੀਆਂ ਜਾਣਗੀਆਂ। ਬਹੁਤ ਹੀ ਈਜ਼ੀ ਡਿਜ਼ਾਇਨ ਹੈ ਅਤੇ ਬਹੁਤ ਹੀ ਆਸਾਨੀ ਨਾਲ ਬਣ ਜਾਂਦਾ। ਦੋ ਸਿਲਾਈਆਂ ਆਪਾਂ ਕੰਪਲੀਟ ਕਰ ਲਈਆਂ।
ਹੁਣ ਆਪਣਾ ਸਿੱਧੇ ਪਾਸੇ ਤੋਂ ਡਿਜ਼ਾਇਨ ਸ਼ੁਰੂ ਹੋਊਗਾ। 12-12 ਕੁੰਡਿਆਂ 'ਤੇ ਡਿਜ਼ਾਇਨ ਆਪਣਾ। ਤਾਂ ਹੁਣ ਆਪਾਂ ਪਹਿਲੀ ਸਿਲਾਈ ਡਿਜ਼ਾਇਨ ਦੀ ਸਿੱਧੇ ਪਾਸੇ ਤੋਂ ਸ਼ੁਰੂ ਕਰ ਲੈਣੀ ਹੈ। ਦੋ ਕੁੰਡਿਆਂ ਦਾ ਆਪਾਂ ਪਹਿਲਾਂ ਇੱਕ ਕੁੰਡਾ ਬਣਾਉਣਾ ਇਸ ਤਰ੍ਹਾਂ ਅਗਲੀ ਸਾਈਡ ਤੋਂ। ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਲਿਆ ਸਿੱਧਾ ਆਪਾਂ ਇਸ ਤਰ੍ਹਾਂ। ਫਿਰ ਆਪਾਂ ਥਰੈਡ ਕਰਾਂਗੇ ਅੱਗੇ। ਚਾਰ ਕੁੰਡੇ ਉਲਟੇ ਬਣਾਉਣੇ ਆ ਹੁਣ ਆਪਾਂ। ਇੱਕ, ਦੋ, ਤਿੰਨ, ਚਾਰ, ਇਸ ਤਰ੍ਹਾਂ। ਥਰੈਡ ਆਪਾਂ ਅੱਗੇ ਹੀ ਰੱਖਣਾ। ਹੁਣ ਜਾਲੀ ਬਣਾਉਣੀ, ਇੱਕ ਕੁੰਡਾ ਸਿੱਧਾ ਬਣਾਉਣਾ ਇਸ ਤਰ੍ਹਾਂ। ਹੁਣ ਆਪਾਂ ਥਰੈਡ ਅੱਗੇ ਕਰਨਾ, ਸਿਲਾਈ 'ਤੇ ਲਪੇਟ ਕੇ ਅੱਗੇ ਲੈ ਕੇ ਆਉਣਾ ਇਸ ਤਰ੍ਹਾਂ, ਕਿਉਂਕਿ ਜਿਹੜਾ ਅੱਗੇ ਕੁੰਡੇ ਬੰਨਗੇ ਆਪਣੇ ਇਹ ਆਪਣੇ ਉਲਟੇ ਬੰਨਗੇ। ਚਾਰ ਕੁੰਡੇ ਉਲਟੇ ਬਣਾਵਾਂਗੇ, ਇੱਕ, ਦੋ, ਤਿੰਨ, ਚਾਰ। ਹੁਣ ਥਰੈਡ ਆਪਾਂ ਪਿੱਛੇ ਕਰਨਾ ਇਸ ਤਰ੍ਹਾਂ। ਇਹ ਤਿੰਨ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਉਣਾ। ਬਣਾਉਣਾ ਆਪਾਂ ਇਸ ਤਰ੍ਹਾਂ, ਜਿਹੜਾ ਆਪਣਾ ਵਿਚਾਲੜਾ ਕੁੰਡਾ ਇਹਨੂੰ ਆਪਾਂ ਅੱਗੇ ਲੈ ਕੇ ਆਉਣਾ ਪਲਟ ਕੇ ਇਸ ਤਰ੍ਹਾਂ। ਫਿਰ ਤਿੰਨ ਕੁੰਡਿਆਂ ਦਾ ਆਪਾਂ ਪਿਛਲੀ ਸਾਈਡ ਤੋਂ ਇੱਕ ਸਿੱਧਾ ਕੁੰਡਾ ਬਣਾ ਦੇਣਾ ਇਸ ਤਰ੍ਹਾਂ, ਇਸ ਤਰ੍ਹਾਂ। ਹੁਣ ਆਪਣੇ ਕੋਲ ਇਹ 2, 4, 6, 8, 10 13 ਕੁੰਡੇ ਹੋ ਗਏ। ਜਿਹੜਾ ਆਪਣਾ ਇਹ ਕੰਨੀ ਵਾਲਾ ਕੁੰਡਾ ਹੈ, ਇਹ ਆਪਾਂ ਡਿਜ਼ਾਇਨ 'ਚ ਨਹੀਂ ਬਣਾਉਣਾ, ਇਹ ਲਾਸਟ 'ਤੇ ਆਪਾਂ ਫੇਰ ਬਣਾਉਣਾ। ਇਹਨੂੰ ਛੱਡ ਕੇ ਹੁਣ ਆਪਣੇ ਇਹ ਜਿਹੜੇ 12 ਕੁੰਡੇ ਬਣੇ ਆ, ਇਹੀ ਆਪਾਂ ਇਹ ਸਿਲਾਈ 'ਤੇ ਰਿਪੀਟ ਕਰਨੀ ਹੈ। ਜਿਵੇਂ ਆਪਣੇ ਇਹ ਦੋ ਕੁੰਡਿਆਂ ਦਾ ਇੱਕ ਬਣਾਇਆ ਸੀ, ਉਸ ਤੋਂ ਬਾਅਦ ਚਾਰ ਕੁੰਡੇ ਉਲਟੇ, ਫਿਰ ਆਪਾਂ ਥਰੈਡ ਕੀਤਾ ਅੱਗੇ, ਇੱਕ ਕੁੰਡਾ ਸਿੱਧਾ ਬਣਾਇਆ, ਥਰੈਡ ਸਿਲਾਈ 'ਤੇ ਲਪੇਟ ਕੇ ਅੱਗੇ ਕਰਕੇ ਚਾਰ ਕੁੰਡੇ ਉਲਟੇ ਅਤੇ ਤਿੰਨ ਕੁੰਡਿਆਂ ਦਾ ਇੱਕ। ਇਹੀ ਆਪਾਂ ਹੁਣ 12 ਕੁੰਡੇ ਰਿਪੀਟ ਕਰਨੀ ਹੈ। ਥਰੈਡ ਕਰਾਂਗੇ ਅੱਗੇ, ਫਿਰ ਚਾਰ ਕੁੰਡੇ ਉਲਟੇ, ਇੱਕ, ਦੋ, ਤਿੰਨ, ਚਾਰ, ਠੀਕ ਹੈ। ਚਾਰ ਕੁੰਡੇ ਉਲਟੇ, ਥਰੈਡ ਅੱਗੇ ਹੀ ਰੱਖਾਂਗੇ ਆਪਾਂ ਉਸੇ ਤਰ੍ਹਾਂ, ਇੱਕ ਕੁੰਡਾ ਸਿੱਧਾ। ਥਰੈਡ ਅੱਗੇ ਲਿਆਉਣਾ ਸਿਲਾਈ 'ਤੇ ਲਪੇਟ ਕੇ ਇਸ ਤਰ੍ਹਾਂ। ਚਾਰ ਕੁੰਡੇ ਉਲਟੇ, ਇੱਕ, ਦੋ, ਤਿੰਨ, ਚਾਰ। ਥਰੈਡ ਕਰਨਾ ਪਿੱਛੇ, ਫਿਰ ਉਸੇ ਤਰ੍ਹਾਂ ਤਿੰਨ ਕੁੰਡਿਆਂ ਦਾ ਇੱਕ ਕੁੰਡਾ, ਵਿਚਾਲੜਾ ਕੁੰਡਾ ਆਪਾਂ ਅੱਗੇ ਲੈ ਕੇ ਆਉਣਾ ਇਸ ਤਰ੍ਹਾਂ, ਪਲਟ ਕੇ ਸਿੱਧਾ ਕਰ ਲੈਣਾ ਇਹਨੂੰ। ਫਿਰ ਇਹ ਤਿੰਨ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾ ਦੇਣਾ। 12 ਕੁੰਡੇ ਹੋ ਗਏ ਆਪਣੇ। ਫਿਰ ਥਰੈਡ ਕਰਾਂਗੇ ਅੱਗੇ, ਚਾਰ ਕੁੰਡੇ ਉਲਟੇ, ਇੱਕ, ਦੋ, ਤਿੰਨ, ਚਾਰ। ਥਰੈਡ ਅੱਗੇ ਹੀ ਰੱਖਾਂਗੇ, ਇੱਕ ਕੁੰਡਾ ਸਿੱਧਾ। ਥਰੈਡ ਆਪਾਂ ਸਿਲਾਈ 'ਤੇ ਲਪੇਟ ਕੇ ਅੱਗੇ ਲੈ ਕੇ ਆਉਣਾ ਹੈ, ਤਾਂ ਚਾਰ ਕੁੰਡੇ ਉਲਟੇ, ਇੱਕ, ਦੋ, ਤਿੰਨ, ਚਾਰ, ਠੀਕ ਹੈ। ਦੋ ਕੁੰਡਿਆਂ ਦਾ ਹੁਣ ਆਪਾਂ ਇੱਕ ਕੁੰਡਾ ਬਣਾ ਦੇਣਾ ਅਗਲੀ ਸਾਈਡ ਤੋਂ। ਥਰੈਡ ਆਪਾਂ ਪਿੱਛੇ ਕਰਨਾ, ਜਿਵੇਂ ਆਪਾਂ ਸਟਾਰਟਿੰਗ 'ਚ ਕੀਤਾ ਸੀ, ਲਾਸਟ 'ਤੇ ਆਪਣੇ ਉਸੇ ਤਰ੍ਹਾਂ ਕੁੰਡੇ ਆਉਣੇ ਚਾਹੀਦੇ ਹੈ। ਜਿਵੇਂ ਇੱਧਰ ਵੀ ਦੋ ਕੁੰਡਿਆਂ ਦਾ ਇੱਕ ਅਤੇ ਨਾਲ ਚਾਰ ਕੁੰਡੇ ਉਲਟੇ ਆ, ਇੱਧਰ ਵੀ ਚਾਰ ਕੁੰਡੇ ਉਲਟੇ ਆ ਅਤੇ ਦੋ ਕੁੰਡਿਆਂ ਦਾ ਇੱਕ ਆ। ਇੱਕ ਸਿਲਾਈ ਕੰਪਲੀਟ ਹੋ ਗਈ ਆਪਣੀ। ਹੁਣ ਆਪਾਂ ਦੂਸਰੀ ਸਿਲਾਈ ਬਣਾਉਣੀ ਆ ਉਲਟੀ ਸਾਈਡ ਤੋਂ।
ਜਿਹੜਾ ਆਪਾਂ ਦੋ ਕੁੰਡਿਆਂ ਦਾ ਇੱਕ ਬਣਾਇਆ ਇਹਨੂੰ ਬਣਾਵਾਂਗੇ ਉਲਟਾ, ਇਸ ਤਰ੍ਹਾਂ ਥਰੈਡ ਕਰਾਂਗੇ ਪਿੱਛੇ। ਚਾਰ ਕੁੰਡੇ ਜਿਹੜੇ ਆਪਾਂ ਉੱਧਰ ਉਲਟੇ ਬਣਾਏ ਇੱਧਰ ਬਣਾਵਾਂਗੇ ਸਿੱਧੇ। ਇੱਕ ਦੋ ਤਿੰਨ ਚਾਰ, ਇਸ ਤਰ੍ਹਾਂ। ਥਰੈਡ ਕਰਾਂਗੇ ਅੱਗੇ, ਫਿਰ ਆਪਣੇ ਜਿਹੜੇ ਇਹ ਦੋ ਜਾਲੀ ਆਉਂਦੀ ਹੈ ਅਤੇ ਇੱਕ ਕੁੰਡਾ ਵਿੱਚ, ਇਹ ਤਿੰਨ ਉਲਟੇ, ਇੱਕ ਦੋ ਤਿੰਨ, ਤਿੰਨ ਉਲਟੇ ਇਸ ਤਰ੍ਹਾਂ। ਫਿਰ ਜਿਹੜੇ ਆਪਣੇ ਫੇਰ ਚਾਰ ਕੁੰਡੇ ਇਹ ਆਪਾਂ ਉਲਟੇ ਬਣਾਏ ਉੱਧਰ, ਤਾਂ ਇੱਧਰ ਆਪਾਂ ਸਿੱਧੇ ਬਣਾਵਾਂਗੇ। ਇੱਕ ਦੋ ਤਿੰਨ ਚਾਰ, ਠੀਕ ਹੈ। ਤਿੰਨ ਕੁੰਡਿਆਂ ਦਾ ਜਿਹੜਾ ਇੱਕ ਬਣਾਇਆ, ਦੁਬਾਰਾ ਫਿਰ ਉਸੇ ਤਰ੍ਹਾਂ ਇੱਕ ਉਲਟਾ, ਇੱਕ ਉਲਟਾ, ਚਾਰ ਸਿੱਧੇ, ਇੱਕ ਦੋ ਤਿੰਨ ਚਾਰ, ਇਹ ਤਿੰਨ ਦੋ ਜਾਲੀ ਵਾਲੇ ਅਤੇ ਇੱਕ ਵਿਚਾਲੜਾ ਉਲਟੇ, ਇੱਕ ਦੋ ਤਿੰਨ, ਚਾਰ ਜਿਹੜੇ ਉੱਧਰ ਉਲਟੇ ਆ ਇੱਧਰ ਸਿੱਧੇ, ਇੱਕ ਦੋ ਤਿੰਨ ਚਾਰ, ਇਸ ਤਰ੍ਹਾਂ। ਫਿਰ ਤਿੰਨ ਕੁੰਡਿਆਂ ਦਾ ਇੱਕ ਆ ਗਿਆ, ਫਿਰ ਇੱਕ ਕੁੰਡਾ ਉਲਟਾ, ਚਾਰ ਕੁੰਡੇ ਫਿਰ ਸਿੱਧੇ ਜਿਹੜੇ ਉੱਧਰ ਉਲਟੇ, ਇੱਕ ਦੋ ਤਿੰਨ ਚਾਰ। ਥਰੈਡ ਕਰਾਂਗੇ ਅੱਗੇ, ਤਿੰਨ ਕੁੰਡੇ ਆਪਣੇ ਜਿਹੜੇ ਉੱਧਰ ਸਿੱਧੇ ਆ ਦੋ ਜਾਲੀ ਵਾਲੇ ਅਤੇ ਇੱਕ ਉਚਾਲੜਾ, ਤਿੰਨ ਉਲਟੇ। ਫਿਰ ਆਪਣੇ ਚਾਰ ਕੁੰਡੇ ਸਿੱਧੇ, ਇੱਕ ਦੋ ਤਿੰਨ ਚਾਰ, ਇਹ ਕੁੰਡਾ ਆਪਣਾ ਉੱਧਰ ਸਿੱਧਾ ਸੀ ਅਤੇ ਇੱਧਰ ਆਪਾਂ ਨੂੰ ਉਲਟਾ ਬਣਾ ਲੈਣਾ। ਜਿਹੜੇ ਕੁੰਡੇ ਆਪਣੇ ਇੱਧਰ ਉਲਟੇ ਸੀ ਇੱਧਰ ਸਿੱਧੇ ਬਣ ਗਏ, ਜਿਹੜੇ ਇੱਧਰ ਸਿੱਧੇ ਸੀ ਇੱਧਰ ਉਲਟੇ ਬਣਾ ਲਏ। ਇਸ ਤਰ੍ਹਾਂ ਆਪਣੀ ਦੂਸਰੀ ਸਿਲਾਈ ਆਪਾਂ ਕੰਪਲੀਟ ਕਰ ਲਈ। ਹੁਣ ਆਪਾਂ ਆ ਗਏ ਤੀਸਰੀ ਸਿਲਾਈ 'ਤੇ ਡਿਜ਼ਾਇਨ ਦੀ। ਇਸ ਤਰ੍ਹਾਂ ਆਪਣਾ ਜਿਹੜਾ ਡਿਜ਼ਾਇਨ ਆ ਬਣਨਾ ਸ਼ੁਰੂ ਹੋ ਗਿਆ। ਤੀਸਰੀ ਸਿਲਾਈ ਸਿੱਧੇ ਪਾਸੇ ਤੋਂ। ਹੁਣ ਆਪਣਾ ਜਿਹੜਾ ਇਹ ਕੰਨੀ ਵਾਲਾ ਕੁੰਡਾ ਇਹਨੂੰ ਪਲਟ ਕੇ ਆਪਾਂ ਇਸ ਤਰ੍ਹਾਂ ਸਿੱਧਾ ਕਰ ਲੈਣਾ, ਇਸ ਤਰ੍ਹਾਂ। ਫਿਰ ਦੋ ਕੁੰਡਿਆਂ ਦਾ ਆਪਾਂ ਪਿਛਲੀ ਸਾਈਡ ਤੋਂ ਇੱਕ ਕੁੰਡਾ ਬਣਾ ਦੇਣਾ ਸਿੱਧਾ, ਇਸ ਤਰ੍ਹਾਂ। ਫਿਰ ਆਪਾਂ ਜਿਹੜੇ ਆਪਣੇ ਇਹ ਚਾਰ ਕੁੰਡੇ ਉਲਟੇ ਆ ਇਹਨਾਂ ਨੂੰ ਆਪਾਂ ਸਿੱਧਾ ਬਣਾਵਾਂਗੇ, ਇੱਕ ਦੋ ਤਿੰਨ ਚਾਰ, ਇਸ ਤਰ੍ਹਾਂ। ਥਰੈਡ ਕਰਾਂਗੇ ਅੱਗੇ। ਹੁਣ ਆਪਾਂ ਇੱਕ ਕੁੰਡਾ ਪਹਿਲਾਂ ਆਪਾਂ ਇਹ ਸਿੱਧਾ ਬਣਾ ਲਾਂਗੇ, ਥਰੈਡ ਕਰਾਂਗੇ ਅੱਗੇ। ਹੁਣ ਆਪਾਂ ਜਿਹੜੇ ਆਪਣੇ ਇਹ ਚਾਰ ਕੁੰਡੇ ਆ ਇਹਨਾਂ ਨੂੰ ਵੀ ਆਪਾਂ ਸਿੱਧਾ ਬਣਾ ਲਾਂਗੇ, ਇੱਕ ਦੋ ਤਿੰਨ ਚਾਰ, ਇਸ ਤਰ੍ਹਾਂ। ਹੁਣ ਆਪਣੇ ਉਸੇ ਤਰ੍ਹਾਂ ਕੁੰਡੇ ਆ ਗਏ, ਇਹ ਵਿਚਾਲੜਾ ਕੁੰਡਾ ਜਿਹੜਾ ਇਸ ਤਰ੍ਹਾਂ ਆਪਣੀ ਇਹ ਫਲੀ ਕਹਿ ਲਓ ਬਣਦੀ ਜਾਂਦੀ ਹੈ, ਇਸ ਤਰ੍ਹਾਂ ਚੈਨ ਬਣਦੀ ਜਾਂਦੀ ਹੈ, ਅਤੇ ਦੋ ਇਹਦੇ ਆਸੇ ਪਾਸੇ ਉਲਟੇ ਆ। ਵਿਚਾਲੜਾ ਕੁੰਡਾ ਉਸੇ ਤਰ੍ਹਾਂ ਹੁਣ ਆਪਾਂ ਅੱਗੇ ਲੈ ਆਉਣਾ, ਇਸ ਤਰ੍ਹਾਂ, ਇਸ ਤਰ੍ਹਾਂ ਕਰਕੇ।
ਪਿਛਲੀ ਸਾਈਡ ਤੋਂ ਤਿੰਨ ਕੁੰਡਿਆਂ ਦਾ ਇੱਕ ਬਣਾ ਦੇਣਾ ਇਸ ਤਰ੍ਹਾਂ। ਠੀਕ ਹੈ, ਇਸ ਤਰ੍ਹਾਂ ਦੁਬਾਰਾ ਫਿਰ ਆਪਣਾ ਫਿਰ ਇੱਥੋਂ ਡਿਜ਼ਾਇਨ ਇਹ 12 ਕੁੰਡਿਆਂ ਵਾਲਾ ਸ਼ੁਰੂ ਹੋ ਜਾਂਦਾ। ਵੈਸੇ ਆਪਣੇ ਇਹ 13 ਕੁੰਡੇ ਬਣ ਜਾਂਦੇ, ਇਹ ਕੁੰਡਾ ਆਪਾਂ ਛੱਡ ਦੇਣਾ, ਫਿਰ ਆਪਾਂ ਫਿਰ ਇੱਥੋਂ ਲੱਗ ਜਾਣਾ। ਚਾਰ ਕੁੰਡੇ ਸਿੱਧੇ, 1, 2, 3, 4 ਥਰਿੱਡ ਕਰਾਂਗੇ ਅੱਗੇ, ਇੱਕ ਕੁੰਡਾ ਸਿੱਧਾ ਥਰਿੱਡ ਅੱਗੇ, ਫਿਰ ਆਪਣੀ ਇਹ ਚਾਰ ਸਿੱਧੇ, ਇੱਕ ਇੱਕ ਜਾਲੀ ਵਾਲਾ, 3 ਦੂਸਰੀ, 2, 3, 4 ਇਸ ਤਰ੍ਹਾਂ। ਫਿਰ ਆਪਣਾ ਇਹ 3 ਕੁੰਡਿਆਂ ਦਾ ਆਪਾਂ ਉਸੇ ਤਰ੍ਹਾਂ ਇੱਕ ਕੁੰਡਾ ਬਣਾਉਣਾ। ਵਿਚਾਲੜਾ ਕੁੰਡਾ ਅੱਗੇ ਲੈ ਆਉਣਾ, ਪਿਛਲੀ ਸਾਈਡ ਤੋਂ 3 ਕੁੰਡਿਆਂ ਦਾ ਇੱਕ ਬਣਾ ਦੇਣਾ ਇਸ ਤਰ੍ਹਾਂ। ਠੀਕ ਹੈ, ਫਿਰ ਆਪਣਾ ਡਿਜ਼ਾਇਨ ਦੁਬਾਰਾ ਫਿਰ ਉਸੇ ਤਰ੍ਹਾਂ ਸ਼ੁਰੂ ਹੋ ਜਾਂਦਾ। 4 ਕੁੰਡੇ ਸਿੱਧੇ, 1, 2, 3 ਇੱਕ ਜਾਲੀ ਵਾਲਾ, 4 ਫਿਰ ਥਰਿੱਡ ਕਰਾਂਗੇ ਅੱਗੇ, ਇਹ ਕੁੰਡਾ ਆਪਣਾ ਵਿਚਾਲੜਾ ਸਿੱਧਾ, ਫਿਰ ਥਰਿੱਡ ਕਰਾਂਗੇ ਅੱਗੇ, ਇਹ 4 ਕੁੰਡੇ ਸਿੱਧੇ, 1, 2, 3, 4 ਲਾਸਟ 'ਤੇ ਫਿਰ ਉਸੇ ਤਰ੍ਹਾਂ ਜਿਵੇਂ ਸਟਾਰਟਿੰਗ 'ਚ ਆਪਾਂ ਕੀਤਾ ਸੀ। ਇੱਧਰ ਤਾਂ ਆਪਾਂ ਕੁੰਡਾ ਪਲਟ ਕੇ ਕੀਤਾ ਸੀ, ਅਤੇ ਇੱਧਰ ਆਪਾਂ 2 ਕੁੰਡਿਆਂ ਦਾ ਇਸ ਤਰ੍ਹਾਂ ਇੱਕ ਬਣਾ ਦੇਣਾ ਇਸ ਤਰ੍ਹਾਂ। 3 ਸਲਾਈਆਂ ਆਪਣੇ ਡਿਜ਼ਾਇਨ ਦੀਆਂ ਕੰਪਲੀਟ ਹੋ ਗਈਆਂ। ਹੁਣ ਆਪਾਂ ਚੌਥੀ ਸਿਲਾਈ ਬਣਾਉਣੀ ਹੈ ਉਲਟੀ ਸਾਈਡ ਤੋਂ। ਚੌਥੀ ਸਿਲਾਈ ਆਪਣੀ ਪੂਰੀ ਆਪਾਂ ਉਲਟੀ ਬਣਾ ਲੈਣੀ ਹੈ। ਜਿੰਨੇ ਵੀ ਕੁੰਡੇ ਆਪਣੇ ਕੋਲ ਇਸ ਤਰ੍ਹਾਂ ਹੈਗੇ ਆ, ਨਾ ਤਾਂ ਆਪਣਾ ਕੁੰਡਾ ਕੋਈ ਵਧਿਆ ਅਤੇ ਨਾ ਹੀ ਘਟਿਆ। ਜਦੋਂ ਆਪਾਂ 3 ਕੁੰਡਿਆਂ ਦਾ ਇੱਧਰ ਇੱਕ ਕੀਤਾ ਸੀ ਜਾਂ 2 ਕੁੰਡਿਆਂ ਦਾ ਇੱਕ ਕੀਤਾ, ਤਾਂ ਆਪਾਂ ਜਾਲੀ ਬਣਾ ਕੇ ਕੁੰਡੇ ਆਪਣੇ ਪੂਰੇ ਕਰਦੇ ਗਏ ਹਾਂ। ਇਸ ਤਰ੍ਹਾਂ ਚੌਥੀ ਅਤੇ ਲਾਸਟ ਸਿਲਾਈ ਆ ਆਪਣੇ ਡਿਜ਼ਾਇਨ ਦੀ। 4 ਸਿਲਾਈਆਂ ਦਾ ਆਪਣਾ ਇਹ ਡਿਜ਼ਾਇਨ, ਵਾਰ ਵਾਰ ਇਹਨੂੰ ਰਿਪੀਟ ਕਰਾਂਗੇ। ਜਿੰਨੀ ਲੰਬਾਈ ਤੁਹਾਨੂੰ ਬਾਰਡਰ ਲਈ ਚਾਹੀਦੀ ਹੋਊਗੀ, ਜਾਂ ਤੁਸੀਂ ਪੂਰਾ ਜਿਹੜਾ ਕੋਈ ਪ੍ਰੋਜੈਕਟ ਆਪਣਾ ਬਣਾਉਣਾ ਇਹਦਾ, ਤਾਂ ਇਸੇ ਤਰ੍ਹਾਂ 4 ਸਿਲਾਈਆਂ ਬਣਾਉਂਦੇ ਹੋਏ ਕੰਪਲੀਟ ਕਰਦੇ ਜਾਣਾ। ਜੇਕਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਹਾਂ ਤਾਂ ਮੇਰੇ ਸਰਵ ਕ੍ਰੀਏਸ਼ਨ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ, ਅਤੇ ਬੈੱਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਉਹ ਤੁਹਾਡੇ ਤੱਕ ਪਹੁੰਚ ਸਕੇ। ਲਓ ਜੀ, 4 ਸਿਲਾਈਆਂ ਮੈਂ ਕੰਪਲੀਟ ਕਰਤੀਆਂ ਇੱਥੇ ਇਸ ਤਰ੍ਹਾਂ। ਇਹੀ 4 ਸਿਲਾਈਆਂ ਆਪਾਂ ਵਾਰ ਵਾਰ ਰਿਪੀਟ ਕਰਦੇ ਜਾਵਾਂਗੇ, ਅਤੇ ਇਸ ਤਰ੍ਹਾਂ ਆਪਣਾ ਕਟਾਂ ਵਾਲਾ ਬਾਰਡਰ ਕਹਿ ਲਓ, ਕਟਾਂ ਵਾਲਾ ਡਿਜ਼ਾਇਨ ਕਹਿ ਲਓ, ਤਾਂ ਜਿਹੜਾ ਬਣਦਾ ਜਾਊਗਾ। ਦੁਬਾਰਾ ਫਿਰ ਜਦੋਂ ਤੁਸੀਂ ਪਹਿਲੀ ਸਿਲਾਈ ਸ਼ੁਰੂ ਕਰਨੀ ਹੈ ਸਿੱਧੇ ਪਾਸੇ, ਤਾਂ ਉਸੇ ਤਰ੍ਹਾਂ ਕਰਨੀ ਹੈ। 2 ਕੁੰਡਿਆਂ ਦਾ ਇੱਕ ਬਣਾ ਕੇ ਇਸ ਤਰ੍ਹਾਂ, ਫਿਰ 4 ਕੁੰਡੇ ਉਲਟੇ, ਉਸੇ ਤਰ੍ਹਾਂ ਜਿਵੇਂ ਆਪਾਂ ਪਹਿਲੀ ਸਿਲਾਈ ਸ਼ੁਰੂ ਕੀਤੀ ਸੀ। ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜਿਹੜਾ ਤੁਹਾਨੂੰ ਡਿਜ਼ਾਇਨ ਹੈ ਕਿਸ ਤਰ੍ਹਾਂ ਦਾ ਲੱਗਿਆ, ਮੇਰਾ ਸਮਝਾਉਣ ਦਾ ਤਰੀਕਾ ਜਿਹੜਾ ਕਿਸ ਤਰ੍ਹਾਂ ਦਾ ਲੱਗਦਾ। ਜਦੋਂ ਤੁਸੀਂ ਕਮੈਂਟ ਕਰਕੇ ਦੱਸਦੇ ਹਾਂ ਤਾਂ ਜਿਹੜਾ ਹੌਸਲਾ ਮਿਲਦਾ। ਅਤੇ ਚਲੋ ਜੀ, ਫਿਰ ਮਿਲਦੇ ਹਾਂ ਆਪਾਂ ਨੈਕਸਟ ਵੀਡੀਓ 'ਚ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ। ਧੰਨਵਾਦ।